ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਤੇ ਖਾਸ ਖਾਸ ਖਬਰਾਂ ਦੇ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਅੱਜ ਸਟੂਡੀਓ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਜੀ। ਧਾਲੀਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਧੰਨਵਾਦ। ਅਤੇ ਹੁਣ ਰੁੱਖ ਕਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਦੇ ਵੱਲ। ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਦੇ ਵਿੱਚ ਧਾਰਾ 144 ਲਗਾਈ ਗਈ ਸੀ, ਪਰ ਹੁਣ ਜੰਮੂ ਦੇ ਵਿੱਚ ਧਾਰਾ 144 ਹਟਾ ਦਿੱਤੀ ਗਈ ਹੈ ਅਤੇ ਕਿਹਾ ਜਾ ਰਿਹਾ ਕਿ ਕਸ਼ਮੀਰ ਦੇ ਵਿੱਚ ਵੀ ਹਾਲਾਤ ਜਿਹੜੇ ਨੇ ਉਹ ਕਾਬੂ ਹੇਠ ਨੇ। ਇਸ ਦੇ ਨਾਲ ਕਿਸ ਤਰ੍ਹਾਂ ਦਾ ਹਾਲਾਤ ਜਿਹੜੇ ਪੈਦਾ ਹੋ ਗਏ ਸਨ ਅਤੇ ਹੁਣ ਹਾਲਾਤ ਕਿਤੇ ਨਾ ਕਿਤੇ ਕਾਬੂ ਹੇਠ ਆਉਂਦੇ ਹੋਏ ਨਜ਼ਰ ਆ ਰਹੇ ਨੇ। ਕੁਛ ਦਿਨ ਪਹਿਲਾਂ ਤੋਂ ਥੋੜ੍ਹਾ ਜਿਹਾ ਤਣਾਓ ਸੀਗਾ, ਉਹ ਤਣਾਓ ਘਟਣਾ ਸ਼ੁਰੂ ਹੋਇਆ ਹੈ। ਖਾਸ ਕਰਕੇ ਜਿਹੜਾ ਜੰਮੂ ਰੀਜਨ ਹੈਗਾ ਉਹਦੇ ਵਿੱਚੋਂ ਜਿਹੜੀ ਧਾਰਾ 144 ਹੈਗੀ ਉਹ ਹਟਾ ਲਈ ਗਈ ਹੈ ਜੀ। ਅੱਜ ਸਕੂਲ ਖੁੱਲ੍ਹ ਗਏ ਨੇ ਬੱਚਿਆਂ ਨੂੰ ਸਕੂਲ, ਉਧਮਪੁਰ ਡਿਸਟ੍ਰਿਕਟ ਵਿੱਚ ਅਤੇ ਨਾਲ ਦੇ ਇਲਾਕਿਆਂ ਵਿੱਚ ਸਾਰਿਆਂ 'ਚ ਸਕੂਲ ਖੁੱਲ੍ਹੇ ਨੇ। ਅੱਜ ਬੱਚੇ ਸਕੂਲ ਜਾਣਗੇ ਅੱਜ ਮੇਰਾ ਖਿਆਲ ਹੈ। ਕੱਲ੍ਹ ਉੱਥੇ ਜੁਮੇ ਦੀ ਨਮਾਜ਼ ਸੀਗੀ ਅਤੇ ਸਾਰੀਆਂ ਜਿਹੜੀਆਂ ਥਾਵਾਂ 'ਤੇ ਨਮਾਜ਼ ਵੀ ਅਦਾ ਕੀਤੀ ਗਈ ਹੈ ਅਤੇ ਕੱਲ੍ਹ ਜਿਹੜੇ ਗਵਰਨਰ ਸਾਹਿਬ ਸੀਗੇ ਆਪਣਾ ਸਤਪਾਲ ਮਲਿਕ ਜੀ, ਉਹ ਵੀ ਜਾ ਕੇ ਕਿੰਨੇ ਹਸਪਤਾਲ ਵੀ ਗਏ ਨੇ, ਹੋਰ ਥਾਵਾਂ 'ਤੇ ਵੀ ਜਾ ਕੇ ਉਹਨਾਂ ਨੇ ਲੋਕਾਂ ਨਾਲ ਮੁਲਾਕਾਤਾਂ ਕੀਤੀਆਂ ਨੇ। ਹੌਲੀ ਹੌਲੀ ਜਿਹੜਾ ਲੱਗਦਾ ਕਿ ਜੰਮੂ ਜਿਹੜਾ ਏਰੀਆ ਜੰਮੂ ਦੇ ਰੀਜਨ ਵਿੱਚ ਤਾਂ ਜਿਹੜਾ ਤਣਾਓ ਬਿਲਕੁਲ ਘਟਦਾ ਜਾ ਰਿਹਾ ਹੈਗਾ, ਪਰ ਕਸ਼ਮੀਰ ਵੈਲੀ ਵਿੱਚ ਕੱਲ੍ਹ ਥੋੜ੍ਹੀਆਂ ਛੋਟੀਆਂ ਮੋਟੀਆਂ ਘਟਨਾਵਾਂ ਕੁਛ ਹੋਈਆਂ ਨੇ। ਇੱਕ ਦੋ ਥਾਵਾਂ 'ਤੇ ਪੱਥਰਬਾਜ਼ੀ ਹੋਣ ਦੀ ਘਟਨਾ ਦਾ ਪਤਾ ਲੱਗਿਆ ਹੈਗਾ, ਉੱਥੇ ਥੋੜ੍ਹਾ ਜਿਹਾ ਹਾਲੇ ਤਣਾਓ ਬਣਿਆ ਹੋਇਆ। ਮੇਰਾ ਖਿਆਲ ਹੈ ਕਿ ਉੱਥੇ ਵੀ ਸਥਿਤੀ ਵਿੱਚ ਹੌਲੀ ਹੌਲੀ ਢਿੱਲ ਦਿੱਤੀ ਜਾਏਗੀ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਦਵਾਇਆ ਮੋਦੀ ਜੀ ਨੇ ਕਿ ਕਹਿੰਦਾ ਜਿਹੜੀ ਈਦ ਹੈਗੀ ਉਹਦੀ ਮਨਾਉਣ ਦੀ ਪੂਰੀ ਖੁੱਲ੍ਹ ਦਿੱਤੀ ਜਾਏਗੀ, ਸਾਰੇ ਇੰਤਜ਼ਾਮ ਕੀਤੇ ਜਾਣਗੇ। ਕੱਲ੍ਹ ਈਦ ਸ਼ੁਰੂ ਹੋ ਰਹੀ ਹੈ ਤੋ ਮੇਰਾ ਖਿਆਲ ਹੈ ਕਿ ਈਦ ਤੋਂ ਪਤਾ ਲੱਗਿਆ, ਕੱਲ੍ਹ ਪਤਾ ਲੱਗਿਆ ਅਸਲ ਵਿੱਚ ਕਿ ਕਿੰਨ ਸਥਿਤੀ ਕਿਸ ਤਰ੍ਹਾਂ ਦੀ ਰਹਿੰਦੀ ਹੈ ਕਸ਼ਮੀਰ ਵਿੱਚ ਜੀ, ਹੈ ਨਾ। ਕਸ਼ਮੀਰ ਵੈਲੀ ਵਿੱਚ ਖਾਸ ਕਰਕੇ ਜਿਹੜਾ ਲੱਦਾਖ ਦਾ ਏਰੀਆ ਹੈਗਾ ਉੱਥੇ ਸਥਿਤੀ ਤਕਰੀਬਨ ਬਿਲਕੁਲ ਨੋਰਮਲ ਹੈਗੀ। ਉੱਥੇ ਲੋਕ ਜਿਹੜੇ ਲੱਦਾਖ ਦੇ ਲੋਕ ਹੈਗੇ ਉਹ ਖੁਸ਼ ਵੀ ਹੈਗੇ ਕਿਉਂਕਿ ਡਿਊਟੀ ਬਣੀ ਹੈ, ਉਹਨਾਂ ਦੀ ਬਹੁਤ ਦੇਰ ਦੀ ਮੰਗ ਸੀ ਇਸ ਬਾਰੇ ਅਤੇ ਉਹਨਾਂ ਨੇ ਤਾਂ ਸੈਲੀਬ੍ਰੇਸ਼ਨ ਵੀ ਕੀਤੀਆਂ ਇਸ ਬਾਰੇ ਜੀ। ਬਿਲਕੁਲ। ਅੱਛਾ, ਇਸ ਦੇ ਨਾਲ ਹੀ ਧਾਲੀਵਾਲ ਸਾਹਿਬ, ਪਾਕਿਸਤਾਨ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਅਤੇ ਹੁਣ ਇੱਕ ਕਾਰਵਾਈ ਇਹ ਸਾਹਮਣੇ ਆਈ ਹੈ ਕਿ ਪਾਕਿਸਤਾਨ ਦੇ ਵੱਲੋਂ ਥਾਰ ਐਕਸਪ੍ਰੈਸ ਹੈ ਉਹ ਰੋਕ ਦਿੱਤੀ ਹੈ। ਇਸ ਤੋਂ ਪਹਿਲਾਂ ਸਮਝੌਤਾ ਐਕਸਪ੍ਰੈਸ ਰੋਕੀ ਸੀ, ਦੁਵੱਲਾ ਵਪਾਰ ਰੋਕਿਆ ਗਿਆ। ਲਗਾਤਾਰ ਫੈਸਲੇ 'ਤੇ ਫੈਸਲੇ ਲਏ ਜਾ ਰਹੇ ਨੇ ਪਾਕਿਸਤਾਨ ਦੇ ਵੱਲੋਂ ਅਤੇ ਹੁਣ ਥਾਰ ਐਕਸਪ੍ਰੈਸ ਨੂੰ ਰੋਕੇ ਜਾਣ ਤੋਂ ਬਾਅਦ ਪਾਕਿਸਤਾਨ ਦੀ ਜਿਹੜੀ ਸਥਿਤੀ ਭਾਰਤ ਪ੍ਰਤੀ ਬਣੀ ਹੋਈ ਹੈ, ਕਿਸ ਕਿਵੇਂ ਦੇਖ ਰਹੇ ਹੋ ਇਸ ਨੂੰ? ਦੇਖੋ, ਸਭ ਤੋਂ ਪਹਿਲਾਂ ਕਦਮ ਜਿਹੜਾ ਪਾਕਿਸਤਾਨ ਨੇ ਲਿਆ ਸੀਗਾ 370 ਧਾਰਾ ਤੋਂ ਬਾਅਦ ਉਹ ਸੀਗੀ ਕੂਟਨੀਤਿਕ ਜਿਹੜੇ ਸੰਬੰਧ ਆ ਰਿਸ਼ਤੇ ਹੈਗੇ ਭਾਰਤ ਅਤੇ ਪਾਕਿਸਤਾਨ ਵਿੱਚ, ਉਹਨਾਂ ਵਿੱਚ ਉਹਨਾਂ ਨੇ ਕਮੀ ਕੀਤੀ ਸੀਗੀ। ਉਹਨਾਂ ਨੇ ਸਾਡੇ ਜਿਹੜੇ ਕਹਿੰਦਾ ਉੱਥੇ ਅੰਬੈਸਡਰ ਹੈਗੇ ਨੇ ਉਹਨਾਂ ਨੂੰ ਕਹਿਤਾ ਸੀ ਕਿ ਅਸੀਂ ਉਹਨਾਂ ਨੂੰ ਜਾਣ ਲਈ ਕਹਿਤਾ ਸੀਗਾ ਅਤੇ ਇੱਥੋਂ ਉਹਨਾਂ ਨੇ ਆਪਣਾ ਅੰਬੈਸਡਰ ਵੀ ਵਾਪਸ ਬੁਲਾਉਣ ਵਾਸਤੇ ਕਿਹਾ ਸੀਗਾ। ਉਸ ਤੋਂ ਬਾਅਦ ਜਿਹੜੇ 4-5 ਹੋਰ ਸਟੈਪ ਲੈ ਗਏ ਉਹਨਾਂ ਦੇ ਵਿੱਚ ਸਮਝੌਤਾ ਐਕਸਪ੍ਰੈਸ ਵਾਲਾ ਇੱਕ ਕਦਮ ਹੈਗਾ, ਥਾਰ ਐਕਸਪ੍ਰੈਸ ਜਿਹੜੀ ਕਿ ਜੋਧਪੁਰ ਆਉਂਦੀ ਹੈਗੀ, ਰਾਜਸਥਾਨ ਰਾਹੀਂ ਆਉਂਦੀ ਹੈਗੀ, ਕਰਾਚੀ ਤੋਂ ਚੱਲਦੀ ਹੈਗੀ, ਹਫ਼ਤੇ 'ਚ ਇੱਕ ਵਾਰੀ ਆਉਂਦੀ ਹੈ ਟ੍ਰੇਨ, ਇਹ ਰੋਜ਼ ਨਹੀਂ ਚੱਲਦੀ। ਜੇ ਸਮਝੌਤਾ ਐਕਸਪ੍ਰੈਸ ਤਾਂ ਰੋਜ਼ ਚੱਲਦੀ ਹੈਗੀ, ਪਰ ਜਿਹੜੀ ਥਾਰ ਐਕਸਪ੍ਰੈਸ ਸੀਗੀ ਇਹ ਹਫ਼ਤੇ 'ਚ ਸਿਰਫ ਇੱਕ ਦਿਨ ਫਰਾਈਡੇ ਨੂੰ ਹੀ ਆਉਂਦੀ ਸੀਗੀ, ਉਹ ਵੀ ਕੱਲ੍ਹ ਉਹਨਾਂ ਨੇ ਬੰਦ ਕੀਤੀ ਹੈਗੀ। ਇਸ ਤੋਂ ਬਿਨਾਂ ਜਿਹੜਾ ਵਪਾਰ ਹੈਗਾ ਵਾਹਗਾ ਬੋਰਡਰ ਰਾਹੀਂ ਹੁੰਦਾ ਸੀਗਾ, ਪਹਿਲਾਂ ਵੀ ਕਾਫੀ ਕਮੀ ਆ ਗਈ ਸੀ ਕਿਉਂਕਿ ਭਾਰਤ ਸਰਕਾਰ ਨੇ, ਜਦੋਂ ਪੁਲਵਾਮਾ ਅਟੈਕ ਹੋਇਆ ਸੀਗਾ ਉਸ ਤੋਂ ਬਾਅਦ ਭਾਰਤ ਸਰਕਾਰ ਨੇ 200% ਡਿਊਟੀ ਲਾਤੀ ਜਿਹੜੀ ਪਾਕਿਸਤਾਨ ਤੋਂ ਸਾਡੇ ਕੋਲ ਸੀਮੈਂਟ ਆਉਂਦਾ ਸੀ ਜਾਂ ਹੋਰ ਵਸਤਾਂ ਆਉਂਦੀ ਸੀ, ਉਸ ਤੋਂ ਬਾਅਦ ਕਾਫੀ ਵਪਾਰ ਵਿੱਚ ਕਮੀ ਆ ਗਈ ਸੀ, ਪਰ ਹੁਣ ਤਕਰੀਬਨ ਲਗਭਗ ਜਿਹੜਾ ਕੱਲ੍ਹ ਪਰਸੋਂ ਤੋਂ ਬਿਲਕੁਲ ਠਾਪੀ ਹੋ ਗਿਆ ਕਿਉਂਕਿ ਪਾਕਿਸਤਾਨ ਨੇ ਬਿਲਕੁਲ ਇਸ ਗੱਲ ਨੂੰ ਮਨਾ ਕਰਤਾ ਹੈਗਾ। ਮੇਰਾ ਖਿਆਲ ਕਿ ਜੋ ਮੈਨੂੰ ਲੱਗ ਰਿਹਾ ਉਹ ਇਸ ਤਰ੍ਹਾਂ ਹੈਗਾ ਕਿ ਪਾਕਿਸਤਾਨ ਇੱਕ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਦਬਾਅ ਬਣਾ ਰਿਹਾ ਇਸ ਇਸ਼ੂ 'ਤੇ, ਉਹ ਤਾਂ ਹੀ ਇਸ ਤਰ੍ਹਾਂ ਦੇ ਸਟੈਪ ਲੈ ਰਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਉਹ ਦੱਸੇ ਕਿ ਸਾਡੀ ਭਾਰਤ ਨਾਲ ਮਤਲਬ ਇਸ ਮੁੱਦੇ 'ਤੇ ਤਣਾਅ ਹੈਗਾ ਅਤੇ ਅੰਤਰਰਾਸ਼ਟਰੀ ਜਿਹੜੀ ਕਮਿਊਨਿਟੀ ਹੈਗੀ ਜਿਵੇਂ ਫਰਜ਼ ਕਰੋ ਅਮਰੀਕਾ ਹੈਗਾ ਜਾਂ ਹੋਰ ਦੇਸ਼ ਹੈਗੇ, ਉਹਨਾਂ 'ਤੇ ਆਪਣਾ ਉਹ ਪ੍ਰਭਾਵ ਬਣਾ ਰਿਹਾ ਕਿ ਕੋਈ ਇਹਨਾਂ ਜਿਹੜੀ ਸਾਡੇ ਨਾਲ ਜ਼ਿਆਦਤੀ ਹੋਈ ਹੈ ਅਤੇ ਤੁਸੀਂ ਇਹਦੇ 'ਚ ਦਖਲ ਦਿਓ। ਉਹ ਆਪਣੇ ਅੰਤਰਰਾਸ਼ਟਰੀ ਜਿਹੜੇ ਕਾਰਡ ਖੇਡ ਰਿਹਾ ਜੋ ਮੈਨੂੰ ਲੱਗ ਰਿਹਾ, ਪਰ ਭਾਰਤ ਨੇ ਕਿਹਾ ਕਿ ਇਹ ਸਾਡਾ ਇੰਟਰਨਲ ਮਸਲਾ ਹੈਗਾ, ਜਿਹੜਾ ਕਸ਼ਮੀਰ ਦਾ ਮਸਲਾ ਹੈਗਾ, ਤੁਹਾਡਾ ਇਹਦੇ ਕੋਈ ਦਖਲ ਨਹੀਂ ਹੋਣਾ ਚਾਹੀਦਾ, ਤੁਹਾਡਾ ਇਹਦੇ ਨਾਲ ਕੋਈ ਤਲਕ ਨਹੀਂ ਹੈਗਾ, ਇਸ ਕਰਕੇ ਤੁਹਾਨੂੰ ਜਿਹੜੇ ਜੋ ਤੁਸੀਂ ਕਦਮ ਲੈ ਰਹੇ ਹੋ ਇਹ ਗਲਤ ਨੇ, ਇਹ ਠੀਕ ਨਹੀਂ ਹੈਗੇ, ਅਸੀਂ ਆਪਣੇ ਦੇਸ਼ ਵਿੱਚ ਕੁਛ ਵੀ ਕਰ ਸਕਦੇ ਹਾਂ, ਸਾਡੀ ਮਰਜ਼ੀ ਹੈ ਅਸੀਂ ਕਿਵੇਂ ਚਲਾਉਣਾ ਹੈਗਾ। ਇਸ ਕਰਕੇ ਉਹ ਅੰਤਰਰਾਸ਼ਟਰੀ ਪੱਧਰ, ਉਹ ਕਸ਼ਮੀਰ ਨੂੰ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਲੈ ਕੇ ਜਾਣਾ ਚਾਹੁੰਦੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਯੂਐਨ ਨੂੰ ਚਲ ਜਾਵਾਂਗੇ, ਹੋਰ ਥਾਵਾਂ 'ਤੇ ਲੈ ਜਾਵਾਂਗੇ। ਮੇਰਾ ਖਿਆਲ ਜਿਹੜੇ ਸਾਰੇ ਕਦਮ ਨੇ ਕੂਟਨੀਤਿਕ ਰਿਸ਼ਤਿਆਂ ਵਿੱਚ ਕਮੀ ਕਰਨਾ, ਸਮਝੌਤਾ ਐਕਸਪ੍ਰੈਸ ਬੰਦ ਕਰਨਾ, ਇਹ ਉਹਨਾਂ ਨੇ ਇੱਕ ਉਹਨਾਂ ਦਾ ਇਹ ਟੈਕਟ ਹੈਗਾ, ਮੇਰਾ ਖਿਆਲ ਹੈ ਕਿ ਉਹਨਾਂ ਦੀ ਇੱਕ ਇਹ ਸਟ੍ਰੈਟਜੀ ਹੈਗੀ, ਰਣਨੀਤੀ ਹੈ ਕਿ ਆਪਾਂ ਇਹ ਜਿਹੇ ਸਟੈਪ ਲਈਏ ਤਾਂ ਕਿ ਅੰਤਰਰਾਸ਼ਟਰੀ
ਪੱਧਰ ਤੇ ਆਪਾਂ ਪ੍ਰਭਾਵ ਪਾ ਸਕੀਏ ਜੀ। ਬਿਲਕੁਲ, ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੇ ਵਿੱਚ ਉਹ ਧਾਰਾ 370 ਹਟਾਏ ਜਾਣ ਤੋਂ ਬਾਅਦ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਸਿੱਖ ਜਗਤ ਦੇ ਵਿੱਚ ਕਾਫੀ ਫਿਕਰਾਂ ਦੇਖੀਆਂ ਜਾ ਰਹੀਆਂ ਸਨ, ਪਰ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੋ ਦੋਵਾਂ ਦੇਸ਼ਾਂ ਦੇ ਵਿਚਾਲੇ ਤਲਖੀ ਬਣੀ ਹੋਈ ਹੈ ਇਸ ਦਾ ਕਿਤੇ ਵੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉੱਤੇ ਅਸਰ ਨਹੀਂ ਹੋਵੇਗਾ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨਿਰਮਾਣ ਕਾਰਜ ਨੇ ਜਿਹੜੇ ਉਹ ਅਕਤੂਬਰ ਤੱਕ ਮੁਕੰਮਲ ਕਰ ਲਏ ਜਾਣਗੇ। ਕਾਫੀ ਵੇਰਵੇ ਵੀ ਉਹਨਾਂ ਨੇ ਸਾਂਝੇ ਕੀਤੇ ਨੇ, ਕਾਫੀ ਵਧੀਆ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਦੋਵਾਂ ਦੇਸ਼ਾਂ ਦੀ ਤਲਖੀ ਦੇ ਬਾਵਜੂਦ ਵੀ। ਇਹਦੇ ਦੋ ਤਿੰਨ ਪਹਿਲੂ ਹੈਗੇ ਨੇ। ਪਹਿਲੂ ਤਾਂ ਇਹ ਹੈਗਾ ਕਿ ਪੰਜਾਬ ਦੀ ਇੱਕ ਡੈਲੀਗੇਸ਼ਨ ਪੰਜਾਬ ਤੋਂ ਇੱਕ ਵਫਦ ਪਾਕਿਸਤਾਨ ਜਾ ਰਿਹਾ ਜੀ, ਉਹਦੇ ਵਿੱਚ ਜਿਹੜੇ ਓਪੀ ਸੋਨੀ ਮੰਤਰੀ ਹੈਗੇ ਨੇ ਅੰਮ੍ਰਿਤਸਰ ਤੋਂ, ਉਹ ਉਹਦੀ ਅਗਵਾਈ ਕਰਨਗੇ। ਉਹਨਾਂ ਦੇ ਨਾਲ ਜਾਣਗੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਨਾਲ ਉਹਨਾਂ ਦੇ ਜਾਣਗੇ ਕਹਿੰਦੇ ਚਰਨਜੀਤ ਸਿੰਘ ਚੰਨੀ, ਤਿੰਨ ਮੰਤਰੀ ਹੋਣਗੇ, ਕੁਛ ਅਫਸਰ ਸਾਹਿਬਾਨ ਵੀ ਜਾਣੇ ਨੇ ਅਤੇ ਕੁਛ ਨਾਲ ਉਹਨਾਂ ਦੇ ਵਿਧਾਇਕ ਵੀ ਜਾ ਰਹੇ ਨੇ, ਪੱਤਰਕਾਰਾਂ ਦੀ ਇੱਕ ਸ਼ਾਇਦ ਟੀਮ ਵੀ ਜਾ ਰਹੀ ਹੈ। ਭਾਰਤ ਸਰਕਾਰ ਨੇ ਇਸ ਦੀ ਡੈਲੀਗੇਸ਼ਨ ਦੀ ਵਫਦ ਨੂੰ ਜਾਣ ਦੀ ਪਰਮਿਸ਼ਨ ਆਪਣੇ ਦਿੱਤੀ ਇੱਕ ਹਫ਼ਤਾ ਪਹਿਲਾਂ, ਡੇਢ ਹਫ਼ਤਾ। ਇਹ ਉਦੋਂ ਇਹ ਘਟਨਾਵਾਂ ਨਹੀਂ ਸੀ ਵਾਪਰੀਆਂ ਜਿਹੜੀਆਂ ਹੁਣ ਆਪਾਂ ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ ਪਿੱਛੇ, ਇਹ ਘਟਨਾਵਾਂ ਨਹੀਂ ਸੀ ਵਾਪਰੀਆਂ। ਉਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਇੱਕ ਵਫਦ ਭੇਜਣ ਦਾ ਫੈਸਲਾ ਕੀਤਾ ਸੀਗਾ। ਉਹ ਵਫਦ 22 ਤੋਂ ਲੈ ਕੇ 27 ਅਗਸਤ ਤੱਕ ਜਾਏਗਾ, ਉੱਥੇ 5 ਦਿਨ ਰਹੇਗਾ। ਉਹਨਾਂ ਨੇ ਆਪਣੀ ਜਿਹੜੀ ਮੈਨੂੰ ਜੋ ਰੰਧਾਵਾ ਸਾਹਿਬ ਨੇ ਦੱਸਿਆ ਕਿ ਇੱਕ ਤਾਂ ਉਹਨਾਂ ਨੇ ਪਾਕਿਸਤਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਇਮਰਾਨ ਖਾਨ, ਉਹਨਾਂ ਨਾਲ ਮੁਲਾਕਾਤ ਕਰਨੀ ਹੈ। ਇੱਕ ਜਿਹੜੇ ਪੰਜਾਬ ਦੇ ਪਾਕਿਸਤਾਨੀ ਪੰਜਾਬ ਹੈਗਾ ਉਹਦੇ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰਨੀ ਹੈ। ਉੱਥੇ ਜੋ ਵੀ ਉਹ ਪ੍ਰੋਗਰਾਮ ਬਣਾ ਰਹੇ ਨੇ ਉਹਨਾਂ ਸਾਰਿਆਂ ਪ੍ਰੋਗਰਾਮ ਦਾ ਡਿਸਕਸ਼ਨ ਕਰਨੀ ਹੈ, ਚਰਚਾ ਕਰਨੀ ਹੈ, ਉਹਦੇ ਬਾਰੇ ਸਾਰਾ ਜਾਇਜ਼ਾ ਲੈਣਾ ਹੈਗਾ ਕੀ ਹੈ। ਇੱਕ ਉਹਨਾਂ ਨੇ ਨਨਕਾਣਾ ਸਾਹਿਬ ਵੀ ਜਾਣਾ ਜੀ। ਇਹ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਜਦੋਂ ਵੀ ਇਹ ਸਮਾਗਮ ਸ਼ੁਰੂ ਹੋਣ ਤਾਂ ਉੱਥੇ ਖੰਡ ਪਾਠ ਪ੍ਰਕਾਸ਼ ਪਹਿਲਾਂ ਕਰਵਾਇਆ ਜਾਵੇ ਨਨਕਾਣਾ ਸਾਹਿਬ, ਉਹਦੇ ਬਾਰੇ ਵੀ ਉਹਨਾਂ ਨੇ ਕੋਈ ਡੇਟਾਂ ਵਗੈਰਾ ਤੈਅ ਕਰਨੀ ਹੈਗੇ ਨੇ। ਇਹ ਵਧੀਆ ਗੱਲ ਹੈਗੀ ਕਿ ਪਾਕਿਸਤਾਨ ਨੇ ਵੀ ਸਪਸ਼ਟ ਕਰਤਾ ਹੈਗਾ ਕਿ ਅਸੀਂ ਕਰਤਾਰਪੁਰ ਲਾਂਘੇ 'ਤੇ ਜੋ ਕੰਮ ਚੱਲ ਰਿਹਾ ਹੈ ਉਹ ਅਸੀਂ ਬੰਦ ਨਹੀਂ ਕਰਾਂਗੇ, ਉਹ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਇੱਧਰੋਂ ਭਾਰਤ ਸਰਕਾਰ ਵੀ ਜਿਹੜੀ ਕੰਮ ਬੜੀ ਤੇਜ਼ੀ ਨਾਲ ਕਰ ਰਹੀ ਹੈ, ਆਪਣੇ ਡੇਰਾ ਬਾਬਾ ਨਾਨਕ ਦੇ ਆਸ ਪਾਸ ਬੜਾ ਕੰਮ ਚੱਲ ਜ਼ੋਰ ਨਾਲ ਚੱਲਿਆ। ਕੱਲ੍ਹ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਅਫਸਰ ਸੀ ਜਿਹੜੇ, ਉਹ ਕਹਿੰਦਾ ਲਗਾਤਾਰ ਮਤਲਬ ਕਹਿੰਦਾ ਕੱਲ੍ਹ ਉਹਨਾਂ ਨੇ ਮੀਟਿੰਗਾਂ ਵੀ ਕੀਤੀਆਂ ਇਸ ਬਾਰੇ ਵਿੱਚ, ਇਸ ਸੰਬੰਧ ਵਿੱਚ, ਅਤੇ ਉਹਦੇ 'ਚ ਮੀਟਿੰਗਾਂ 'ਚ ਜਾਇਜ਼ਾ ਲਿਆ ਕਿ ਕਿੱਥੇ ਕਿੱਥੇ ਟੈਂਟ ਲੱਗਣਗੇ, ਕਿੱਥੇ ਕਿੱਥੇ ਪਾਰਕਿੰਗ ਹੋਏਗੀ ਗੱਡੀਆਂ ਦੀ, ਹੋਰ ਜੋ ਇੰਤਜ਼ਾਮ ਕਰਨੇ ਹੈਗੇ। ਸੰਗਤ ਬਹੁਤ ਜ਼ਿਆਦਾ ਸੰਭਾਵਨਾ ਕਿ ਬਹੁਤ ਜ਼ਿਆਦਾ ਸੰਗਤ ਆਏਗੀ ਅਤੇ ਉਹਦੇ ਵਾਸਤੇ ਜਿਹੜੇ ਜਿਹੜੇ ਇੰਤਜ਼ਾਮ ਕਰਨੇ ਸੀ, ਕੱਲ੍ਹ ਉਹਨਾਂ ਦੀ ਵੀ ਰੂਪਰੇਖਾ ਤਿਆਰ ਕੀਤੀ ਗਈ ਹੈ। ਮੇਰਾ ਖਿਆਲ ਹੈ ਕਿ ਆਉਣ ਵਾਲੇ ਦਿਨਾਂ 'ਚ ਪਾਰਕਿੰਗ ਬਾਰੇ, ਟੈਂਟ ਲਾਉਣ ਬਾਰੇ, ਉਹ ਵੀ ਸਾਰਾ ਜਿਹੜਾ ਕੰਮ ਸ਼ੁਰੂ ਹੋ ਜਾਏਗਾ ਜੀ। ਬਿਲਕੁਲ। ਉੱਧਰ ਆਮ ਆਦਮੀ ਪਾਰਟੀ ਦੇ ਦਾਖਾ ਤੋਂ ਵਿਧਾਇਕ ਹਰਵਿੰਦਰ ਸਿੰਘ ਫੁਲਕਾ ਦਾ ਅਸਤੀਫਾ ਹੋਇਆ, ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ। ਪਿਛਲੇ ਕਾਫੀ ਲੰਬੇ ਸਮੇਂ ਤੋਂ ਲੈ ਕੇ ਜਿਹੜਾ ਅਸਤੀਫਾ ਸੀ ਇੱਕ ਵਿਵਾਦ ਬਣਿਆ ਹੋਇਆ ਸੀ ਅਤੇ ਹੁਣ ਫੂਲਕਾ ਨੇ ਜਿਹੜੀ ਹੈ ਹਾਈ ਕੋਰਟ ਜਾਣ ਦੀ ਧਮਕੀ ਵੀ ਦਿੱਤੀ ਸੀ, ਇਸ ਤੋਂ ਬਾਅਦ ਹੁਣ ਅਸਤੀਫਾ ਪ੍ਰਵਾਨ ਕੀਤਾ ਹੈ ਅਤੇ ਅਸਤੀਫਾ ਪ੍ਰਵਾਨ ਹੋਣ ਤੋਂ ਬਾਅਦ ਹੁਣ ਫੂਲਕਾ ਦੇ ਅਸਤੀਫੇ ਨੂੰ ਲੈ ਕੇ ਵਿਰੋਧੀ ਨਿਸ਼ਾਨਾ ਵੀ ਸਾਧ ਰਹੇ ਨੇ। ਦੇਖੋ, ਮੇਰਾ ਖਿਆਲ ਹੈ ਕਿ ਅਸਤੀਫਾ ਤਾਂ ਇਹ ਪਹਿਲਾਂ ਹੀ ਪ੍ਰਵਾਨ ਕਰ ਲੈਣਾ ਚਾਹੀਦਾ ਸੀਗਾ ਕਿਉਂਕਿ ਉਹਨਾਂ ਨੇ ਪ੍ਰੋਪਰ ਫਾਰਮੈਟ 'ਚ ਆਪਣਾ ਅਸਤੀਫਾ ਦਿੱਤਾ ਸੀ। ਉਸ ਤੋਂ ਬਾਅਦ ਜਾ ਕੇ ਆਪਣੀ ਸਥਿਤੀ ਜਿਹੜੀ ਸੀਗੀ ਉਹ ਸਪੀਕਰ ਸਾਹਿਬ ਕੋਲ ਸਪਸ਼ਟ ਵੀ ਕਰਤੀ ਸੀ ਜੀ। ਅਸਤੀਫਾ ਦੇਣ ਤੋਂ ਬਾਅਦ ਉਹ ਸਪੀਕਰ ਸਾਹਿਬ ਨੂੰ ਮਿਲੇ ਵੀ ਸੀਗੇ ਨਵੰਬਰ 'ਚ ਪਿਛਲੇ ਸਾਲ। ਉਸ ਤੋਂ ਬਾਅਦ ਫਿਰ ਉਹਨੇ ਇੱਕ ਹੋਰ ਵੀ ਚਿੱਠੀ ਲਿਖੀ ਸੀ ਕਿ ਮੇਰਾ ਅਸਤੀਫਾ ਪ੍ਰਵਾਨ ਕੀਤਾ ਜਾਵੇ, ਪਰ ਪਤਾ ਨਹੀਂ ਕਿਉਂ ਇੰਨੀ ਦੇਰ ਡਿਲੇ ਕੀਤਾ ਗਿਆ ਹੈ ਅਸਤੀਫਾ। ਹੁਣ ਉਹਨਾਂ ਨੇ ਧਮਕੀ ਦਿੱਤੀ ਥੋੜ੍ਹੇ ਦਿਨ ਪਹਿਲਾਂ ਕਿ ਜੇ ਮੇਰਾ ਅਸਤੀਫਾ ਨਾ ਪ੍ਰਵਾਨ ਕੀਤਾ ਗਿਆ ਤਾਂ ਫਿਰ ਮੈਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗਾ ਅਤੇ ਉਸ ਤੋਂ ਬਾਅਦ ਇਹ ਅਸਤੀਫਾ ਮਨਜ਼ੂਰ ਕਰ ਲਿਆ। ਪਰ ਹਾਲੇ 3-4 ਹੋਰ ਅਸਤੀਫੇ ਵੀ ਹੈਗੇ ਜਿਨ੍ਹਾਂ ਬਾਰੇ ਬੜੀ ਚਰਚਾ ਚੱਲ ਰਹੀ ਹੈ ਅਤੇ ਵਾਦ ਵਿਵਾਦ ਚੱਲ ਰਿਹਾ। ਸਿਖਪਾਲ ਖਹਿਰਾ ਨੇ ਵੀ ਬਹੁਤ ਦੇਰ ਪਹਿਲਾਂ ਆਪਣਾ ਅਸਤੀਫਾ ਦੇ ਦਿੱਤਾ ਸੀਗਾ, ਉਹਨਾਂ ਦਾ ਵੀ ਅਸਤੀਫਾ ਮਨਜ਼ੂਰ ਨਹੀਂ ਹੋਇਆ। ਜਿਹੜੇ ਨਾਜਰ ਸਿੰਘ ਮਾਨਸ਼ਾਹੀਆ ਹੈਗੇ ਨੇ ਮਾਨਸਾ ਤੋਂ, ਉਹਨਾਂ ਨੇ ਵੀ ਆਪਣਾ ਅਸਤੀਫਾ ਦਿੱਤਾ ਹੋਇਆ, ਉਹਨਾਂ ਦਾ ਵੀ ਅਸਤੀਫਾ ਮਨਜ਼ੂਰ ਨਹੀਂ ਹੋਇਆ। ਜਿਹੜੇ ਬਲਦੇਵ ਸਿੰਘ ਜੈਤੋ ਤੋਂ ਨੇ ਹੈਗੇ ਨੇ, ਉਹਨਾਂ ਨੇ ਵੀ ਆਪਣਾ ਉਹ ਚੋਣ ਲੜੇ ਨੇ ਬਕਾਇਦਾ ਦੂਸਰੀ ਪਾਰਟੀ ਦੇ ਚੋਣ ਨਿਸ਼ਾਨ ਤੇ, ਬਿਲਕੁਲ ਉਹਨਾਂ ਦਾ ਅਸਤੀਫਾ ਵੀ ਹਾਲੇ ਤੱਕ ਲਟਕ ਰਿਹਾ। ਸੋ 3-4 ਅਸਤੀਫੇ ਹੈਗੇ ਨੇ। ਜਿਹੜੇ ਅਮਰਜੀਤ ਸਿੰਘ ਸੰਦੋਆ ਹੈਗੇ ਰੋਪੜ ਤੋਂ, ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ, ਉਹਨਾਂ ਦਾ ਵੀ ਅਸਤੀਫਾ ਹਾਲੇ ਲਟਕ ਰਿਹਾ। ਸੋ ਇਹ 3-4 ਅਸਤੀਫੇ ਨੇ ਜਿਹੜਾ ਕਿ ਜਿਨ੍ਹਾਂ ਬਾਰੇ ਵਾਦ ਵਿਵਾਦ ਚੱਲ ਰਿਹਾ। ਅਕਾਲੀ ਪਾਰਟੀ ਜਿਹੜੀ ਉਹ ਜ਼ੋਰ ਪਾ ਰਹੀ ਹੈ ਕਿ ਕਹਿੰਦੇ ਤੁਸੀਂ ਅਸਤੀਫਾ ਮਨਜ਼ੂਰ ਕਰੋ, ਕਿਤੇ ਨਾ ਕਿਤੇ ਆਪੋਜੀਸ਼ਨ ਦੀ, ਹਾਂ ਕਿਤੇ ਨਾ ਕਿਤੇ ਵੀ ਗੱਲਬਾਤ ਚੱਲ ਰਹੀ ਹੈ। ਪਰ ਮੇਰਾ ਖਿਆਲ ਹੈ ਕਿ ਲੱਗਦਾ ਕਿ ਸਰਕਾਰ ਜਿਹੜੀ ਹੈਗੀ ਹੈ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਜੇ ਸਾਨੂੰ ਇੰਨੀਆਂ ਉਪ ਚੋਣਾਂ ਜਿਹੜੀਆਂ ਬਾਈ ਇਲੈਕਸ਼ਨ ਕਰਵਾਉਣੀਆਂ ਪੈ ਗਈਆਂ ਤਾਂ ਇਹਦੇ ਨਾਲ ਤਾਂ ਬਹੁਤ ਵੱਡਾ ਖਲਾਰਾ ਪੈ ਜਾਏਗਾ। ਜਿਹੜੀ ਜਲਾਲਾਬਾਦ ਦੀ ਇਲੈਕਸ਼ਨ ਹੋਣੀ ਹੈ, ਸੁਖਬੀਰ ਸਿੰਘ ਬਾਦਲ ਕਿਉਂਕਿ ਫਿਰੋਜ਼ਪੁਰ ਤੋਂ ਚੁਣ ਕੇ ਕਹਿੰਦੇ ਲੋਕ ਸਭਾ ਚਲੇ ਗਏ ਨੇ, ਉੱਧਰੋਂ ਫਗਵਾੜਾ ਤੋਂ ਸੋਮ ਪ੍ਰਕਾਸ਼ ਨੇ ਸੀਟ ਖਾਲੀ ਕਰਤੀ ਹੈ ਕਿਉਂਕਿ ਹੁਸ਼ਿਆਰਪੁਰ ਤੋਂ ਚੁਣ ਕੇ ਲੋਕ ਸਭਾ ਚਲੇ ਗਏ ਨੇ, ਤਾਂ ਦੋ ਜਲਾਲਾਬਾਦ ਅਤੇ ਫਗਵਾੜਾ ਵਾਲੀਆਂ ਤਾਂ ਤੈਅ ਨੇ।
ਹੁਣ ਜਿਹੜੀ ਦਾਖਾ ਇਲੈਕਸ਼ਨ ਹੈਗੀ ਇਹ ਵੀ ਖਾਲੀ ਹੋ ਗਈ ਅਤੇ ਦਾਖਾ ਦੀ ਵੀ ਇਲੈਕਸ਼ਨ ਹੋ ਗਈ, ਤਿੰਨ ਹੋ ਗਈਆਂ। ਜੇ ਚਾਰ ਅਸਤੀਫੇ ਹੋਰ ਮਨਜ਼ੂਰੇ ਹੋ ਜਾਂਦੇ ਨੇ ਤਾਂ ਫਿਰ ਤਾਂ ਇਸ ਤਰ੍ਹਾਂ ਮਤਲਬ 7 ਇਲੈਕਸ਼ਨਾਂ ਹੋ ਜਾਣਗੀਆਂ। ਉਹ ਐਂ ਲੱਗਿਆ ਕਿ ਇੱਕ ਮਿੰਨੀ ਚੁਣਾਈ ਹੋ ਰਿਹਾ ਪੰਜਾਬ ਵਿੱਚ, ਤਾਂ ਮੇਰਾ ਖਿਆਲ ਕਿ ਸਰਕਾਰ ਜਿਹੜੀ ਪੰਜਾਬ ਸਰਕਾਰ ਨੂੰ ਸ਼ਾਇਦ ਉਹ ਚਾਹੁੰਦੇ ਆ ਕਿ ਇਹ ਤੋਂ ਬਚਿਆ ਜਾਵੇ, ਇਸ ਕਰਕੇ ਜਿਹੜੇ ਅਸਤੀਫੇ ਮਨਜ਼ੂਰ ਕਰਨ ਵਿੱਚ ਡਿਲੇ ਕੀਤੀ ਜਾਂਦੀ ਹੈ। ਪਰ ਹੈ ਇਹ ਗੈਰ ਕਾਨੂੰਨੀ, ਜਦੋਂ ਕਿਸੇ ਬੰਦੇ ਨੇ ਅਸਤੀਫਾ ਦੇ ਦਿੱਤਾ ਹੈ, ਕਿਸੇ ਵਿਅਕਤੀ ਨੇ ਐਮਐਲਏ ਨੇ ਕਹਿਤਾ ਕਿ ਮੈਂ ਦੂਸਰੀ ਪਾਰਟੀ ਵੱਲੋਂ ਚੋਣ ਵੀ ਲੜ ਲਈ ਹੈ, ਤਾਂ ਫਿਰ ਉਹ ਅਸਤੀਫੇ ਮੇਰਾ ਖਿਆਲ ਅਕਾਲੀ ਦਲ ਕਹਿ ਰਿਹਾ ਕਿ ਜਿਹੜੇ ਵਿਧਾਇਕਾਂ ਨੇ ਅਸਤੀਫੇ ਦਿੱਤੇ ਹੋਏ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ। ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ, ਮੰਗ ਕੀਤੀ ਜਾ ਰਹੀ ਹੈ ਅਕਾਲੀ ਦਲ ਦੇ ਵੱਲੋਂ? ਦੇਖੋ, ਕਾਰਵਾਈ ਤਾਂ ਸਪੀਕਰ ਨਹੀਂ ਕਰਨੀ ਹੈਗੀ, ਸਪੀਕਰ ਨੂੰ ਉਹਨਾਂ ਨੇ ਅਸਤੀਫੇ ਦਿੱਤੇ ਹੋਏ ਨੇ। ਜਿਹੜੇ ਅਸਤੀਫੇ ਦਿੱਤੇ ਹੋਏ ਨੇ ਅਤੇ ਉਹ ਤਾਂ ਹੁਣ ਸਪੀਕਰ ਸਾਹਿਬ ਦੇ ਕੋਲ ਹੀ ਪਏ ਹੈਗੇ ਨੇ, ਉਹ ਵਾਰ ਵਾਰ ਉਹਨੂੰ ਬੁਲਾ ਰਹੇ ਨੇ ਪੇਸ਼ੀਆਂ 'ਤੇ। ਪਹਿਲੀ ਵਾਰ ਖਹਿਰਾ ਸਾਹਿਬ ਨੂੰ ਬੁਲਾਇਆ ਸੀ 30 ਜੁਲਾਈ ਨੂੰ, ਉਹ ਪਰ ਮੇਰੇ ਖਿਆਲ ਉਹਦੇ ਗਏ ਨਹੀਂ, ਪੇਸ਼ ਨਹੀਂ ਹੋਏ। ਇਸ ਤਰ੍ਹਾਂ ਨਾਜਰ ਸਿੰਘ ਨੂੰ ਵੀ ਬੁਲਾਇਆ, ਮੇਰੇ ਸ਼ਾਇਦ ਅਗਸਤ ਵਿੱਚ ਉਹਨਾਂ ਨੂੰ ਬੁਲਾਇਆ ਹੈਗਾ। ਤਾਂ ਪੇਸ਼ੀਆਂ ਉਹਨੀਆਂ ਹੈਗੀਆਂ ਨੇ, ਵੱਖਰੇ ਵੱਖਰੇ ਉਹਨੂੰ ਬੁਲਾ ਕੇ ਪੁੱਛ ਰਹੇ ਨੇ ਕਿ ਤੁਸੀਂ ਅਸਤੀਫੇ ਸਹੀ ਦਿੱਤੇ ਨੇ, ਤੁਸੀਂ ਛੱਡਣਾ ਚਾਹੁੰਦੇ ਹੋ, ਕਿਉਂ ਛੱਡਣਾ ਚਾਹੁੰਦੇ ਹੋ। ਬਾਕੀ ਡਿਸਕ੍ਰੀਸ਼ਨ ਹੈ ਸਪੀਕਰ ਸਾਹਿਬ ਦੀ ਕਿ ਉਹ ਇਸ ਨੂੰ ਕਦੋਂ ਮਨਜ਼ੂਰ ਕਰਦੇ ਨੇ। ਜੀ ਬਿਲਕੁਲ। ਉੱਧਰ ਜੰਮੂ ਕਸ਼ਮੀਰ ਦੇ ਵਿੱਚ ਉਹ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ ਕਸ਼ਮੀਰ ਦੀਆਂ ਔਰਤਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਫੋਟੋਆਂ ਪਾ ਕੇ ਉਹਨਾਂ ਦੇ ਉੱਤੇ ਭੱਦੀ ਸ਼ਬਦਾਵਲੀ ਦੇ ਰਾਹੀਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ, ਭੱਦੀਆਂ ਟਿੱਪਣੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ, ਜਿਸਦਾ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਦੇ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਅਤੇ ਠੋਸ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦੇਖੋ, ਇਹ ਜਥੇਦਾਰ ਸਾਹਿਬ ਨੇ ਚੰਗਾ ਇੱਕ ਕਦਮ ਚੁੱਕਿਆ ਹੈਗਾ। ਪਿਛਲੇ ਦਿਨਾਂ ਵਿੱਚ ਕੁਛ ਬੜੀਆਂ ਹੀ ਮੰਦਭਾਗੀਆਂ ਜਾਂ ਕਹਿ ਸਕਦੇ ਹੋ ਕਿ ਭੱਦੀਆਂ ਟਿੱਪਣੀਆਂ ਕੀਤੀਆਂ ਗਈਆਂ ਸੀਆਂ। ਕੁਛ ਜਿਹੜੇ ਮਤਲਬ ਲੋਕ ਸੀਗੇ ਉਹਨਾਂ ਨੇ ਉੱਥੋਂ ਦੀਆਂ ਜਿਹੜੇ ਜੰਮੂ ਕਸ਼ਮੀਰ ਦੀਆਂ ਔਰਤਾਂ ਬਾਰੇ ਕੋਈ ਜਿਹਨੂੰ ਸਮਾਜਿਕ ਤੱਤ ਜਿਹੜੇ ਹੈਗੇ ਨੇ ਉਹਨਾਂ ਨੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਸੀ, ਇਹ ਅੱਛਾ ਨਹੀਂ ਲੱਗਦਾ। ਕਿਉਂਕਿ ਸਾਡੇ ਸਮਾਜ ਵਿੱਚ ਅਸੀਂ ਔਰਤਾਂ ਦੀ ਕਦਰ ਕਰਦੇ ਹਾਂ, ਅਸੀਂ ਆਪਣੀਆਂ ਧੀਆਂ ਦੀ ਬਹੁਤ ਕਦਰ ਕਰਦੇ ਹਾਂ, ਅਤੇ ਸਾਡੀਆਂ ਸਭ ਦੀਆਂ ਧੀਆਂ ਸਾਂਝੀਆਂ ਹੈਗੀਆਂ ਨੇ। ਉਹਨਾਂ ਬਾਰੇ ਕਿਸੇ ਨੂੰ ਕੋਈ ਹੱਕ ਨਹੀਂ ਹੈਗਾ ਕਿ ਉਹਨਾਂ ਬਾਰੇ ਕੋਈ ਬੁਰੀ ਟਿੱਪਣੀ ਕਰੇ, ਮਾੜੀ ਟਿੱਪਣੀ ਕਰੇ ਜਾਂ ਨਿੰਦਣਯੋਗ ਟਿੱਪਣੀ ਕਰੇ। ਮੈਂ ਅਜਿਹੇ ਜਿਹੜੇ ਤੱਤ ਹੈਗੇ ਉਹਨਾਂ ਦੇ ਖਿਲਾਫ਼ ਮੇਰਾ ਖਿਆਲ ਕਿ ਸਰਕਾਰ ਨੂੰ ਵੀ ਕੋਈ ਕਦਮ ਚੁੱਕਣਾ ਚਾਹੀਦਾ ਹੈ। ਜਥੇਦਾਰ ਸਾਹਿਬ ਨੇ ਤਾਂ ਮੰਗ ਕੀਤੀ ਹੈ ਕਿ ਉਹਨਾਂ ਦੇ ਖਿਲਾਫ਼ ਐਕਸ਼ਨ ਲੈਣਾ ਚਾਹੀਦਾ। ਮੇਰਾ ਵੀ ਆਪਣਾ ਮੰਨਣਾ ਹੈਗਾ ਕਿ ਸਾਨੂੰ ਕੋਈ ਹੱਕ, ਕਿਸੇ ਨੂੰ ਵੀ ਕੋਈ ਹੱਕ ਨਹੀਂ ਕਿ ਕਿਸੇ ਲੜਕੀ ਬਾਰੇ, ਕਿਸੇ ਔਰਤ ਬਾਰੇ ਕੋਈ ਮਾੜੀ ਟਿੱਪਣੀ ਕੀਤੀ ਜਾਵੇ, ਅਤੇ ਜਿਹੜਾ ਵੀ ਇਸ ਤਰ੍ਹਾਂ ਦਾ ਕੰਮ ਕਰਦਾ ਉਹਦੇ ਮੁਤਾਬਕ, ਉਹਦੇ ਖਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ। ਜਥੇਦਾਰ ਸਾਹਿਬ ਨੇ ਜੋ ਕਿਹਾ ਹੈ ਉਹ ਬਿਲਕੁਲ ਠੀਕ ਹੈ, ਉਹਨਾਂ ਦੇ ਮੇਰਾ ਖਿਆਲ ਉਹਨਾਂ ਦੀ ਮੰਗ ਮੰਨਣੀ ਚਾਹੀਦੀ ਹੈ। ਅਤੇ ਜਿੰਨਾ ਇਹ ਜਿਹੜੀਆਂ ਹੈਗੀਆਂ ਸਾਰੀਆਂ ਫੇਸਬੁੱਕ 'ਤੇ ਅਵੇਲੇਬਲ ਨੇ, ਇਹ ਨਹੀਂ ਕਿ ਟਿੱਪਣੀਆਂ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਬਿਲਕੁਲ ਉਹ ਫੇਸਬੁੱਕ 'ਤੇ ਹੈਗੀਆਂ ਨੇ, ਉਹਦੀਆਂ ਵੀਡੀਓ ਰਿਕਾਰਡ ਵੀ ਹੈਗੀਆਂ ਨੇ, ਉਹਨਾਂ ਲੋਕਾਂ ਦੇ ਖਿਲਾਫ਼ ਸਬੂਤ ਹੈਗੇ ਨੇ, ਉਹਨਾਂ ਸਬੂਤਾਂ ਨੂੰ ਇਕੱਠੇ ਕਰਕੇ ਪੁਲਿਸ ਨੂੰ ਉਹਨਾਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਪਰ ਇਸ ਤੋਂ ਪਹਿਲਾਂ ਜੇਕਰ ਸਵਾਲ ਕੀਤਾ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭੱਦੀ ਸ਼ਬਦਾਵਲੀ ਜਾਂ ਕਿਸੇ ਨੂੰ ਟਾਰਗੇਟ ਕਰਕੇ ਟਿੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ ਨੇ। ਤਾਂ ਹੁਣ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ 370 ਹਟਾਈ ਗਈ ਹੈ, ਉਸ ਤੋਂ ਬਾਅਦ ਔਰਤਾਂ ਦੇ ਪ੍ਰਤੀ ਤਬਦੀਲੀਆਂ ਜਾਂ ਫਿਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ, ਸਾਈਬਰ ਕ੍ਰਾਈਮ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਸੈੱਲ ਵੀ ਬਣਾਏ ਗਏ ਨੇ, ਤਾਂ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਕਿਉਂ ਨਹੀਂ ਜਾਂਦੀ, ਪੱਕੇ ਤੌਰ 'ਤੇ ਰੋਕ ਕਿਉਂ ਨਹੀਂ ਲਗਾਈ ਜਾਂਦੀ ਇਹਨਾਂ ਮਾਮਲਿਆਂ ਦਾ? ਕਿ ਦੇਖੋ, ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਜਦ ਕੋਈ ਕੰਪਲੀਟ ਫਾਰਮਲ ਤੌਰ 'ਤੇ ਨਹੀਂ ਆਉਂਦੀ, ਉਨਾ ਚਿਰ ਕਾਰਵਾਈ ਪੁਲਿਸ ਨਹੀਂ ਕਰਦੀ। ਜਦੋਂ ਕੋਈ ਫਾਰਮਲ ਕਾਰਵਾਈ ਕਿਨੇ ਕੰਪਲੇਂਟ ਆਏਗੀ ਜੋ ਕੋਈ ਸ਼ਿਕਾਇਤ ਦੇਗਾ, ਉਸ ਤੋਂ ਬਾਅਦ ਹੀ ਬਹੁਤ ਜ਼ਿਆਦਾ ਕਈ ਵਾਰੀ ਕਾਰਵਾਈ ਹੁੰਦੀ ਹੈ। ਪਰ ਕਈ ਵਾਰੀ ਜੇ ਪੁਲਿਸ ਅਫਸਰ ਚਾਹੁਣ ਤਾਂ ਉਹਨਾਂ ਦੇ ਜਦੋਂ ਨੋਟਸ ਵਿੱਚ ਕੋਈ ਇਹੋ ਜਿਹੀ ਗੱਲ ਆਉਂਦੀ ਹੈ, ਕੋਈ ਇਸ ਤਰ੍ਹਾਂ ਦੀ ਟਿੱਪਣੀ ਨਜ਼ਰ ਆਉਂਦੀ ਹੈ, ਤਾਂ ਉਹ ਆਪਣੇ ਆਪ ਵੀ ਕਾਰਵਾਈ ਸੂਓ ਮੋਟੋ ਐਕਸ਼ਨ ਵੀ ਲੈ ਸਕਦੇ ਨੇ, ਕਾਰਵਾਈ ਕਰ ਸਕਦੇ ਨੇ। ਪਰ ਜਦੋਂ ਹੁਣ ਜਥੇਦਾਰ ਸਾਹਿਬ ਨੇ ਮੰਗ ਕੀਤੀ ਹੈ, ਮੇਰਾ ਖਿਆਲ ਉਸ ਤੋਂ ਬਾਅਦ ਸ਼ਾਇਦ ਜਿਹੜੀ ਪੁਲਿਸ ਹਰਕਤ ਵਿੱਚ ਆਏਗੀ ਅਤੇ ਅਜਿਹੇ ਲੋਕਾਂ ਦੇ ਖਿਲਾਫ਼ ਕਾਰਵਾਈ ਕਰੇਗੀ। ਅਤੇ ਮੇਰਾ ਖਿਆਲ ਇਹਦਾ ਜਿਹੜੀ ਗਵਰਨਮੈਂਟ ਆਫ ਹੈਗੀ, ਸਾਡੀ ਗਵਰਨਮੈਂਟ ਆਫ ਇੰਡੀਆ ਹੈਗੀ, ਭਾਰਤ ਸਰਕਾਰ ਹੈਗੀ, ਮੇਰਾ ਖਿਆਲ ਉਹ ਵੀ ਇਹਦਾ ਨੋਟਿਸ ਲਏਗੀ, ਉਹ ਵੀ ਕਹਿੰਦਾ ਕਾਰਵਾਈ ਕਰਨ ਲਈ ਜਿਹੜੇ ਸੰਬੰਧਿਤ ਅਫਸਰਾਂ ਨੂੰ ਕਹੇਗੀ। ਜੀ ਬਿਲਕੁਲ। ਕਿਸਾਨਾਂ ਨੂੰ ਸਮਾਜਿਕ ਤੌਰ 'ਤੇ ਉੱਚਾ ਚੁੱਕਣ ਦੇ ਲਈ ਪ੍ਰਧਾਨ ਮੰਤਰੀ ਪੈਨਸ਼ਨ ਯੋਜਨਾ ਜਿਹੜੀ ਹੈ ਉਹਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਪਿਛਲੇ ਸਮੇਂ ਪ੍ਰਧਾਨ ਮੰਤਰੀ ਦੇ ਵੱਲੋਂ ਐਲਾਨ ਕੀਤਾ ਗਿਆ ਸੀ, ਹਾਲਾਂਕਿ ਵੱਖੋ ਵੱਖ ਸਮਰੇ ਪ੍ਰਧਾਨ ਮੰਤਰੀ ਦੇ ਵੱਲੋਂ ਕਿਸਾਨਾਂ ਦੇ ਪ੍ਰਤੀ ਐਲਾਨ ਕੀਤੇ ਜਾਂਦੇ ਰਹੇ ਨੇ, ਅਤੇ ਹੁਣ ਪੈਨਸ਼ਨ ਯੋਜਨਾ ਲਾਗੂ ਹੋਣ ਦੇ ਨਾਲ ਕਿਸਾਨਾਂ ਨੂੰ ਕਿਸ ਤਰ੍ਹਾਂ ਦੇ ਫਾਇਦੇ ਹੋਣ ਦੀ ਗੱਲ ਕੀਤੀ ਜਾ ਸਕਦੀ ਹੈ? ਦੇਖੋ, ਇਹ ਵਧੀਆ ਗੱਲ ਹੈਗੀ, ਇਹਦੇ ਵਿੱਚ ਜਿਹੜਾ ਪੈਨਸ਼ਨ ਸਕੀਮ ਹੈ ਜਿਹੜੀ ਕਿਸਾਨਾਂ ਦੀ ਬਹੁਤ ਵੱਡੀ ਜ਼ਰੂਰਤ ਹੈਗੀ, ਲੋੜ ਹੈਗੀ। ਕਿਉਂਕਿ ਕਿਸਾਨਾਂ ਦੇ ਘਰ ਜਿਹੜਾ ਨਗਦ ਪੈਸਾ ਉਹ 6 ਮਹੀਨਿਆਂ ਬਾਅਦ ਆਉਂਦਾ, ਜਦੋਂ ਫਸਲ ਦੀ ਵੇਚ ਵਰਤ ਹੁੰਦੀ ਹੈ ਉਸ ਤੋਂ ਬਾਅਦ ਹੀ ਪੈਸਾ ਆਉਂਦਾ। ਇੱਕ ਸਾਲ 'ਚ ਤਕਰੀਬਨ 2 ਵਾਰ ਹੀ ਆਉਂਦਾ, ਪਰ ਜਿਹੜੀ ਪੈਨਸ਼ਨ ਹਰ ਮਹੀਨੇ ਆਏਗੀ, ਉਹਨਾਂ ਨਾਲ ਜਿਹੜੇ ਉਹਨਾਂ ਦੇ ਰੋਜ਼ਾਨਾ ਦੇ ਖਰਚੇ ਨੇ, ਛੋਟੇ ਛੋਟੇ ਖਰਚੇ, ਉਹ ਪੈਨਸ਼ਨ ਨਾਲ ਉਹਨਾਂ ਨੂੰ ਮਤਲਬ ਉਹ ਖਰਚ
60% या 50% जो प्रीमियम है वो भारत सरकार ने पाउना 50% किसान ने पाउना जो 60 साल की किसान की उम्र हो जाएगी तो उस तो बाद 3000 रुपए जी पेंशन पर प्रति मंथ प्रति महीना उन्होंने मिलेगी जे फर्ज करो किसान की डैथ हो जाती है तो उन्होंने पत्नी जिन्हें चर जाती रहेगी तो उन्होंने फिर अद्धी पेंशन 1500 रुपए उन्होंने भी प्रति महीना मिलती रहेगी मेरा ख्याल अच्छा कदम है अच्छी चीज़ हैगी 18 साल तो लैके जो 40 साल के किसान है वो वास्ते एलिजिबल ने वो अपनी केंद्र प्रीमियम दे सकते हैं वो अद्धा प्रीमियम केंद्र सरकार ने पाना है अद्धा तुम आप पा दोगे तो ये अच्छी शुरुआत है मेरा ख्याल है कि जिस तरह मुलाजमान या दूसरे वर्गों को पेंशन की लोड़ है उस तरह जो किसान भाईचारा है उन्होंने भी पेंशन की बहुत जरूरत है देश में 5.5 करोड़ जो बंदा है किसान 18 से 40 साल की उम्र का है उन्होंने वास्ते मेरा ख्याल है कि होना बहुत जरूरी है। अच्छा तालीवाल साहब जिवें गल की जाए तो किसानों के वलों पिछले काफ़ी लंबे समय तो मांग की जा रही है कि उन्हां दी जिहड़ियां फसलां दे वाजिब भा दिते जाण हालांकि हुण पेंशन योजना शुरू की है कितना कितने किसानों नूं लाभ मिलण दी गल की जाए जेकर इस पेंशन योजना के क्राइटेरिया की गल की जाए तो किस आधार के उत्ते किसानों नूं ये पेंशन दिती जानी है उस संबंधी जानकारी फिलहाल सामने नहीं आ रही। देखो हौली हौली जो पेंशन हल्ता शुरू हुई है हल्ता लोगों ने रजिस्टर करवाना अपने आप को कि मैनू ये पेंशन दी जाए उस तो बाद फिर प्रीमियम शुरू होएगा प्रीमियम कितने भरना है बैंकों भरना है कितने भरना है वो फिर सारी रूपरेखा बन के लोगों के सामने आ जाएगी फर्ज करो मैं अज रजिस्ट्रेशन करवा देना ज कोई तुम करवा देने तो सामने एक फिर पूरा वेरवा आ जाएगा कि तुम्हें की करना है वो हौली हौली फिर ये सारी स्कीम से निखार आता जाएगा लोगों ने बारे ज्ञान मिलता जाएगा तो फिर इस तरह फार्मर जोड़े है वो मैंबर बनते जाएंगे जी। बिल्कुल उधर पंजाब सरकार दे वल्लों पेंडू विकास पंचायत अते विभाग दे वल्लों सूबे दीयां जिहड़ियां चेयरमैनियां ने उन्हां दे संबंधी राखवांकरण की जिहड़ी है वह लागू कर दिती है औरतों के लिए 50% राखवांकरण रखे गए हुण औरतों के लिए भी काफ़ी पंजाब सरकार दे वल्लों कदम चुके जा रहे हैं हुण इन्हां चेयरमैनियां ते उप चेयरमैनियां दे लई राखवांकरण किवें देख रहे हो। देखो दो पड़ा है दे पहला होनी है ब्लॉक समिति दी चोणा जी जिन्हों आप पंचायत समिति कहते हैं ब्लॉक पद्धर दी चोणा होनी है उस तो बाद होने जिला परिषद दी चोणा ब्लॉक समितियां का नोटिफिकेशन ऑलरेडी बहुत कई दिन पहला हो चुके है बहुत दिन पहला हो गया सीगा रात जो नोटिफिकेशन होया जिला परिषद बारे होया जिला परिषद का 22 जिला परिषद अपने है पंजाब वो 11 जिहड़ियां हैगियां जिला परिषद वो औरतों वास्ते राखवियां हैगे ने इस की पंजाब ने पंजाब एक अजी स्टेट है जिन्हें 50% औरतों वास्ते राखवांकरण किया है खास करके जिहड़ियां साडियां छोटियां लोकतंत्रिक इकाइयां हैगियां जिवें कि म्युनिसिपल कमेटियां हो गई जिला परिषद हो गई ब्लॉक समितियां हो गई पहला हालांकि दूसरे स्टेट ने पहला करता सी असीं थोड़ा पछ के किया पर एक वधिया कदम हैगा कि असीं 50% जी औरतों वास्ते रिजर्वेशन इस साल की हैगी है वो फिर 50% जनरल कैटागरी वक्री हैगी जी शड्यूल कास्ट कैटागरी वक्री हैगी इस तरह ही मर्दों में भी शड्यूल कास्ट कैस्ट कैटागरी वक्री हैगी क्या जनरल कैटागरी वक्री हैगी मतलब वो सारा जो सिलसिला पूरा हो गया कंप्लीट हो गया हुण चोण वास्ते जो मैदान खुल गया जिहड़ा जिला परिषद का चेयरमैन हुंदा है ते उप चेयरमैन हुंदा उहदे कोल काफ़ी ताकतां हुंदियां काफ़ी पावर्स हुंदियां ने उहनां नूं काफ़ी सहूलतां भी मिलदियां ने खास करके गड्डी वगैरह भी मिलती है इस करके जिहड़ी पोलीटिकल जिहड़े लोग ने जिहड़े सियासतदान ने उहनां विच काफ़ी दौड़ लगी हुई है कि साडा बंदा बन जाए कोई जिहड़े सियासतदान ने वो चाहुंदे ने कि मेरा बेटा ही बन जाए एक चल रिहा वरतारा काफ़ी दिन दा पर यह प्रोसैस हुण शुरू हो गया जी। बिल्कुल ਤਾਲੀਵਾਲ ਸਾਹਿਬ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਸਟੂਡੀਓ ਦੇ ਵਿੱਚ ਆਏ ਅਤੇ ਸਾਡੇ ਦਰਸ਼ਕਾਂ ਦੇ ਨਾਲ ਆਪਣੀਆਂ ਜਾਣਕਾਰੀ ਭਰਪੂਰ ਗੱਲਾਂ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਦੇ ਨਾਲ ਹੀ ਦਰਸ਼ਕਾਂ ਤੋਂ ਆਗਿਆ ਚਾਹੁੰਦੇ ਹਾਂ ਧੰਨਵਾਦ।